ਨੰਬਰ 1 ਆਪਾਂ ਕਹਿ ਦਈਏ ਵੀ ਜੋ ਕ੍ਰਾਈਮ ਵਧਿਆ ਹੈ, ਜੋ ਡਰੱਗ ਦੀ ਡਿਸਟ੍ਰੀਬਿਊਸ਼ਨ ਵਧੀ ਹੈ, ਜੋ ਇੱਥੇ ਡਰੱਗ ਦਾ ਜਿਵੇਂ ਕਹਿੰਦੇ ਵੀ ਚੱਲ ਰਿਹਾ ਹੈਗਾ, ਯੂਥ ਨੂੰ ਉਹ ਮਗਰ ਲਾ ਰਹੇ ਨੇ, ਚਾਹੇ ਉਹ ਇਸ ਧੰਦੇ ਦੇ ਵਿੱਚ ਪੈ ਰਹੇ ਨੇ, ਚਾਹੇ ਉਹ ਖੁਦ ਆਪਣੀ ਜਿਵੇਂ ਕਹਿੰਦੇ ਜ਼ਿੰਦਗੀ ਖਰਾਬ ਕਰ ਰਹੇ ਨੇ ਐਡਮਿੰਟਨ, ਕੈਲਗਰੀ ਜਾਂ ਆਪਾਂ ਕਹਿ ਦਈਏ ਅਲਬਰਟਾ ਦੇ ਵਿੱਚ, ਜਿੱਥੇ ਪਾਪੂਲੇਸ਼ਨ ਗਰੋਥ ਬਹੁਤ ਹੋ ਰਹੀ ਹੈ ਅਤੇ ਇਹ ਇੱਕ ਡੈਸਟੀਨੇਸ਼ਨ ਬਣਿਆ ਹੋਇਆ ਬਿਕੋਜ਼ ਆਫ ਅਫੋਰਡੇਬਿਲਟੀ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਐਂਡ ਫੈਮਿਲੀਜ਼ ਦੇ ਲਈ, ਦੇ ਵਾਂਟ ਟੂ ਸੈਟਲ ਹੀਅਰ। ਮੈਂ ਮਨਦੀਪ ਪੁਜਾਰਾ, ਅੱਜ ਪਹੁੰਚਿਆ ਹਾਂ ਮੈਡੋਜ਼ ਰੈਕ ਸੈਂਟਰ, ਜਿਸ ਤਰ੍ਹਾਂ ਕਿ ਤੁਸੀਂ ਪਿੱਛੇ ਦੇਖ ਰਹੇ ਹੋਣੇ ਹਾਂ, ਅਸੀਂ ਹਾਕੀ ਰਿੰਗ ਦੇ ਬਾਹਰ ਬੈਠੇ ਹੋਏ ਹਾਂ। ਐਡਮਿੰਟਨ ਦੇ ਵਿੱਚ ਇੱਕ ਨਵੀਂ ਰਾਈਡਿੰਗ ਬਣਨ ਜਾ ਰਹੀ ਹੈ, ਜਿਸ ਤਰ੍ਹਾਂ ਕਿ ਪੂਰੇ ਅਲਬਰਟਾ ਦੇ ਵਿੱਚ ਪਹਿਲਾਂ 34 ਰਾਈਡਿੰਗਸ ਫੈਡਰਲ ਦੀਆਂ ਸੀ ਅਤੇ ਹੁਣ ਇਹਨੂੰ ਵਧਾ ਕੇ 37 ਕਰ ਦਿੱਤਾ ਗਿਆ, ਅਤੇ ਉਹਦੇ ਵਿੱਚੋਂ ਇੱਕ ਰਾਈਡਿੰਗ ਐਡਮਿੰਟਨ ਮਿਲਵੁੱਡਸ ਦੇ ਵਿੱਚੋਂ ਐਡਮਿੰਟਨ ਸਾਊਥ ਈਸਟ ਦੀ ਬਣੀ ਹੈ। ਅਤੇ ਮੇਰੇ ਨਾਲ ਇਸ ਸਮੇਂ ਮੌਜੂਦ ਹਨ ਨੈਮ ਕੁਲਾਰ ਜੀ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਰਹਿ ਰਹੇ ਹਨ ਅਤੇ ਕਮਿਊਨਿਟੀ ਸਰਵਿਸ ਕਰ ਰਹੇ ਹਨ। ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਅਤੇ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਨੈਮ ਤੁਹਾਡਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਅਤੇ ਦਰਸ਼ਕਾਂ ਦਾ, ਤੁਸੀਂ ਸਾਨੂੰ ਸੱਦਿਆ ਪ੍ਰੋਗਰਾਮ ਦੇ ਉੱਤੇ, ਮਿਹਰਬਾਨੀ। ਓਕੇ ਨੈਮ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸ ਰਿਹਾ ਸੀ ਕਿ ਐਡਮਿੰਟਨ ਸਾਊਥ ਈਸਟ ਦੀ ਨਵੀਂ ਰਾਈਡਿੰਗ ਬਣ ਜਾ ਰਹੀ ਹੈ। ਹਾਂਜੀ, ਐਡਮਿੰਟਨ ਮਿਲਵੁੱਡਸ ਦੇ ਵਿੱਚ ਪੰਜਾਬੀਆਂ ਦੀ, ਇੰਡੀਅਨਸ ਦੀ ਸੰਖਿਆ ਬਹੁਤ ਜ਼ਿਆਦਾ ਹੈ। ਹਾਂਜੀ, ਆਲਮੋਸਟ ਅਗਰ ਆਪਾਂ ਪੂਰੇ ਐਡਮਿੰਟਨ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜੋ ਵਸੋਂ ਹੈ ਸਾਊਥ ਈਸਟ ਦੇ ਵਿੱਚ ਰਹਿੰਦੀ ਹੈ, ਜੋ ਕਿ ਮਿਲਵੁੱਡ ਏਰੀਆ। ਬਿਲਕੁਲ। ਅਤੇ ਐਡਮਿੰਟਨ ਮਿਲਵੁੱਡਸ ਦਾ ਪਹਿਲਾਂ ਇੱਕ ਰਾਈਡਿੰਗ ਸੀ, ਉਹਦੇ ਵਿੱਚੋਂ ਕੱਟ ਕੇ ਇੱਕ ਨਵੀਂ ਰਾਈਡਿੰਗ ਬਣਾਈ ਗਈ, ਜਿਸ ਤਰ੍ਹਾਂ ਕਿ 34 ਤੋਂ 37 ਕਰ ਦਿੱਤੀਆਂ ਗਈਆਂ ਅਲਬਰਟਾ ਦੇ ਰਾਈਡਿੰਗ। ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਹੜੀ ਚੀਜ਼ ਤੁਹਾਨੂੰ ਇਸ ਚੀਜ਼ ਨੂੰ ਡਰਾਈਵ ਕਰ ਰਹੀ ਹੈ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਆਓ, ਇਲੈਕਸ਼ਨ ਲੜ ਕੇ ਓਟਵਾ ਪਹੁੰਚੋ, ਅਤੇ ਕਿਹੜੇ ਇਸ ਤਰ੍ਹਾਂ ਦੇ ਮੁੱਦੇ ਆ ਜਿਹੜੇ ਉੱਥੇ ਰਿਪ੍ਰੈਜੈਂਟੇਸ਼ਨ ਦੀ ਲੋੜ ਆ? ਸਭ ਤੋਂ ਪਹਿਲਾਂ ਤਾਂ ਐਡਮਿੰਟਨ ਸਾਊਥ ਈਸਟ ਬਾਰੇ ਦੱਸੋ ਅਤੇ ਆਪਣੇ ਬਾਰੇ। ਬਹੁਤ ਵਧੀਆ ਸਵਾਲ ਨੇ ਜੀ ਇਹ, ਬਿਲਕੁਲ ਤੁਸੀਂ ਸਹੀ ਕਿਹਾ। ਅਲਬਰਟਾ ਦੇ ਵਿੱਚ ਪਾਪੂਲੇਸ਼ਨ ਗਰੋਥ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਹੋਈ ਹੈ। ਇਹ ਦੋ ਰਾਈਡਿੰਗਾਂ ਸੀਗੀਆਂ ਜੀ, ਇੱਕ ਮਿਲਵੁੱਡ ਜਿਹਦੇ ਤੋਂ ਟੈਮੋਪਲ ਜੀ MP ਨੇ ਕਰੰਟਲੀ, ਅਤੇ ਦੂਜੀ ਰਾਈਡਿੰਗ ਸਾਊਥ ਦੇ ਵਿੱਚ ਜਿਹੜੀ ਆਪਾਂ ਕਹਿ ਦਈਏ ਐਂਥਨੀ ਤੋਂ ਸਾਊਥ ਸੀਗੀ ਐਡਮਿੰਟਨ ਵਟਵਾਸਕਨ, ਅਤੇ ਉੱਥੋਂ ਕਰੰਟਲੀ ਆਪਣੇ MP ਹੈਗੇ ਨੇ ਮਾਈਕ ਲੇਕ। ਓਰਿਜਨਲੀ ਇਹ ਆਪਾਂ ਜੇ ਦੇਖੀਏ ਹਿਸਟਰੀ 'ਤੇ ਥੋੜ੍ਹੀ ਜਿਹੀ ਬੈਕਗਰਾਊਂਡ ਕਰੀਏ, ਕੁਛ 10 ਤੋਂ 15 ਸਾਲ ਪਹਿਲਾਂ, ਦੋ ਤਿੰਨ ਇਲੈਕਸ਼ਨਸ ਆਪਾਂ ਕਦੀ ਵੀ ਬੈਕ ਚਲੇ ਜਾਈਏ, ਅਰਲੀ 2000s ਦੇ ਵਿੱਚ ਇਹ ਰਾਈਡਿੰਗ ਐਡਮਿੰਟਨ ਸਾਊਥ ਈਸਟ ਹੀ ਕਹਿੰਦੇ ਹੁੰਦੇ ਸੀ, ਅਤੇ ਉੱਥੋਂ ਦੋ ਵਾਰੀ ਤਿੰਨ ਵਾਰੀ MP ਰਹਿ ਚੁੱਕੇ ਨੇ ਡੇਵਿਡ ਕਿਲਗੋਰ। ਅਤੇ ਤੁਹਾਡਾ ਦੂਜਾ ਜੋ ਕੁਐਸਚਨ ਸੀਗਾ, ਜਾਂ ਆਪਾਂ ਕਹਿ ਵੀ ਸੰਖਿਆ ਦੀ ਗੱਲ ਕਰੀਏ, ਉਹ ਬਿਲਕੁਲ ਯੂਅਰ ਰਾਈਟ। ਸਾਊਥ ਈਸਟ ਕਮਿਊਨਿਟੀ, ਸਾਊਥ ਈਸਟ ਐਡਮਿੰਟਨ ਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਆਲਮੋਸਟ 40% ਤੋਂ ਵੱਧ ਹੈਗੀ ਆ। ਸੋ ਇੱਥੋਂ ਗਰੋਥ ਜ਼ਿਆਦਾ ਹੋਈ ਹੈ, ਤਾਂ ਕਰਕੇ ਇਸ ਰਾਈਡਿੰਗ ਨੂੰ ਜਿਵੇਂ ਕਹਿੰਦੇ ਆ ਵੀ ਨਵਾਂ ਬਣਾ ਦਿੱਤਾ ਗਿਆ, ਕਿਉਂਕਿ ਪਾਪੂਲੇਸ਼ਨ ਗਰੋਥ ਸਾਊਥ ਐਡਮਿੰਟਨ ਦੇ ਵਿੱਚ ਸਾਊਥ ਵਿੱਚ ਬਹੁਤ ਹੋਈ ਹੈ। ਕਿੰਨੇ ਸਮੇਂ ਤੋਂ ਤੁਸੀਂ ਇਸ ਰਾਈਡਿੰਗ ਨੂੰ ਜਾਣਦੇ ਹੋ, ਇਸ ਤੋਂ ਦੇ ਲੋਕਾਂ ਨੂੰ ਜਾਣਦੇ ਹੋ, ਅਤੇ ਕਿੰਨਾ ਸਮਾਂ ਤੁਸੀਂ ਇਸ ਇਹਨਾਂ ਦੇ ਮੁੱਦਿਆਂ ਨੂੰ ਦੇਖਿਆ, ਅਤੇ ਕਿਹੜੀ ਚੀਜ਼ ਦਾ ਤੁਹਾਨੂੰ ਡਰਾਈਵ ਕਰ ਰਹੀ ਹੈ ਇਸ ਵਾਰੀ ਨੋਮੀਨੇਸ਼ਨ ਕੰਟੈਸਟ ਕਰਨ ਦੇ? ਮੈਂ ਜੀ ਇੱਥੋਂ ਆਲਮੋਸਟ ਇਸ ਰਾਈਡਿੰਗ ਦੇ ਨਾਲ ਪਿਛਲੇ 30 ਸਾਲਾਂ ਤੋਂ ਜੁੜਿਆ ਹੋਇਆ। ਚਲੋ ਮੈਂ ਜੰਮਿਆ ਤਾਂ ਨਹੀਂ ਇੱਥੇ, ਪਰ ਮੈਂ ਪੜ੍ਹਿਆ ਇਸ ਰਾਈਡਿੰਗ ਦੇ ਵਿੱਚ ਹੀ ਹਾਂ। ਇੱਥੋਂ ਹੀ ਜੂਨੀਅਰ ਹਾਈ ਐਜੂਕੇਸ਼ਨ ਕੀਤੀ, ਫਿਰ ਹਾਈ ਸਕੂਲ ਦੀ ਐਜੂਕੇਸ਼ਨ ਕੀਤੀ, ਅਤੇ ਕਾਲਜ ਦੇ ਵਿੱਚ ਰਹੇ ਹਾਂ, ਅਤੇ ਉਹ ਜਦੇ ਹੀ ਇੱਥੇ ਰਹਿ ਰਹੇ ਹਾਂ, ਅਤੇ ਬੱਚਿਆਂ ਦੇ ਨਾਲ ਮਿਲਿਆ, ਬਜ਼ੁਰਗਾਂ ਦੇ ਨਾਲ ਮਿਲਿਆ, ਖੁਦ ਮੇਰੀਆਂ ਆਪਣੀਆਂ ਇੰਟਰੈਕਸ਼ਨਸ ਨੇ, ਫਿਰ ਇੱਥੇ ਬਿਜ਼ਨਸ ਕੀਤਾ, ਖੁਦ ਇੱਥੇ ਫੈਮਿਲੀ ਨੂੰ ਰੇਜ਼ ਕੀਤਾ, ਅਤੇ ਉਹ ਰਾਈਡਿੰਗ ਜਿਵੇਂ ਕਹਿੰਦੇ ਬਹੁਤ ਵੱਧ ਚੁੱਕੀ ਹੈ। ਅਤੇ ਇੱਥੋਂ ਆਪਾਂ ਜੇ ਕਹਿ ਦਈਏ ਵੀ ਮੇਰਾ ਉਸ ਚੀਜ਼ ਨਾਲ ਪਿਆਰ ਹੋਣਾ, ਬੈਠਣਾ, ਕਮਿਊਨਿਟੀ ਦੇ ਵਿੱਚ ਜਾਣਨਾ ਬਹੁਤ ਲੰਮੇ ਸਮੇਂ ਤੋਂ ਹੈ। ਅਤੇ ਮੈਨੂੰ ਜਿਹੜੀ ਚੀਜ਼ ਡਰਾਈਵ ਕਰ ਰਹੀ ਹੈ ਜੀ, ਮੈਂ ਇੱਥੇ ਆਪਣੀ ਫੈਮਿਲੀ ਰੇਜ਼ ਕੀਤੀ, ਇੱਥੇ ਮੈਂ ਖੁਦ ਰੇਜ਼ ਹੋਇਆ, ਅਤੇ ਇੱਥੇ ਆਪਣੀਆਂ ਜਨਰੇਸ਼ਨ ਆ ਰਹੀ ਹੈ, ਨਵੀਂ ਵੱਧ ਰਹੀ ਹੈ, ਪਾਪੂਲੇਸ਼ਨ ਗਰੋ ਹੋ ਰਹੀ ਹੈ, ਉਹਨਾਂ ਨੂੰ ਲੋੜ ਹੈ ਕਿ ਜੇ ਇੱਕ ਵਧੀਆ ਰੈਪ੍ਰਜੈਂਟੇਸ਼ਨ ਆਪਣੇ ਮੁੱਦਿਆਂ 'ਤੇ ਆਪਣੀ ਆਵਾਜ਼ ਚੱਕ ਸਕੇ ਪਾਰਲੀਮੈਂਟ ਦੇ ਵਿੱਚ, ਓਟਵਾ ਦੇ ਵਿੱਚ, ਫੈਡਰਲ ਲੈਵਲ ਦੇ ਉੱਤੇ। ਬਿਲਕੁਲ, ਜਿਸ ਤਰ੍ਹਾਂ ਕਿ ਨੌਜਵਾਨਾਂ ਦੀ ਲੋੜ ਹੈ ਨਵਾਂ ਕੈਨੇਡਾ ਬਿਲਡ ਕਰਨ ਦੇ ਲਈ, ਨਵੇਂ ਕੈਨੇਡਾ ਦੀਆਂ ਨਵੀਆਂ ਸਮੱਸਿਆਵਾਂ
ਬਹੁਤ ਸਾਰੇ ਇਮੀਗ੍ਰੈਂਟਸ ਇੱਥੇ ਆ ਰਹੇ ਆ ਜਾਂ ਜਿਹੜੇ ਲੋਕ ਪਹਿਲਾਂ ਇੱਥੇ ਆਏ ਆ ਆ ਕੇ ਇੱਥੇ ਰੇਜ਼ ਹੋਏ ਆ ਉਹਨਾਂ ਦੇ ਜਿਹੜੇ ਮੁੱਦੇ ਆ ਜੋ ਮਸਲੇ ਆ ਉਹ ਵੀ ਬਦਲ ਚੁੱਕੇ ਆ ਕਿਹੜੇ ਇਸ ਤਰ੍ਹਾਂ ਦੇ ਮੁੱਦੇ ਸਮਝਦੇ ਹੋ ਕਿ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਪ੍ਰੋਪਰ ਨਹੀਂ ਹੋ ਸਕੀ ਅਤੇ ਯੂਥ ਬੇਸਿਕਲੀ ਯੂਥ ਹੀ ਕਾਉਣ ਵਾਲਾ ਸਾਡਾ ਕੱਲ੍ਹ ਹੈ ਹਾਂਜੀ ਫਿਊਚਰ ਉਹਨੇ ਬਿਲਡ ਕਰਨਾ ਹੈ ਬਿਲਕੁਲ ਜੀ ਉਹਨਾਂ ਦੇ ਕਿਹੜੇ ਮੁੱਦੇ ਇਸ ਤਰ੍ਹਾਂ ਦੇ ਲੱਗਦੇ ਆ ਤੁਹਾਨੂੰ ਕਿ ਓਟਵਾ ਜਾ ਕੇ ਉਹਦੀ ਰਿਪ੍ਰੈਜੈਂਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਆ ਕਿ ਤੁਹਾਨੂੰ ਐਜ਼ ਆ ਐਮ ਪੀ ਓਟਵਾ ਭੇਜਿਆ ਜਾਵੇ ਬਿਲਕੁਲ ਜੀ ਬਹੁਤ ਵਧੀਆ ਸਵਾਲ ਹੈ ਸਭ ਤੋਂ ਵੱਡਾ ਮੁੱਦਾ ਪੁਜਾਰਾ ਸਾਹਿਬ ਜੋ ਆ ਰਿਹਾ ਜੋ ਸੁਣਨ 'ਚ ਆਇਆ ਜੋ ਮੈਂ ਖੁਦ ਫੀਲ ਕੀਤਾ ਜੋ ਮੈਂ ਇੱਥੇ ਰਹਿ ਕੇ ਮਹਿਸੂਸ ਕਰ ਰਿਹਾ ਜੋ ਵਿਚਰ ਰਿਹਾ ਇਜ਼ ਕ੍ਰਾਈਮ ਨੰਬਰ 1 ਆਪਾਂ ਕਹਿ ਦਈਏ ਵੀ ਜੋ ਕ੍ਰਾਈਮ ਵਧਿਆ ਹੈ ਜੋ ਡਰੱਗ ਦੀ ਡਿਸਟ੍ਰੀਬਿਊਸ਼ਨ ਵਧੀ ਹੈ ਜੋ ਇੱਥੇ ਡਰੱਗ ਦਾ ਜਿਵੇਂ ਕਹਿੰਦੇ ਵੀ ਚੱਲ ਰਿਹਾ ਹੈਗਾ ਧੰਦਾ ਉਸ ਨੂੰ ਨੱਥ ਪਾਉਣਾ ਉਸ ਨੂੰ ਸਮਝਣਾ ਉਸ ਨੂੰ ਅੰਡਰਸਟੈਂਡ ਕਰਨਾ ਬਹੁਤ ਕ੍ਰਿਟੀਕਲ ਹੈ ਸੋ ਉਹਦੀਆਂ ਪੋਲਿਸੀਜ਼ ਬਹੁਤ ਸਟਰੋਂਗ ਹੋਣੀਆਂ ਚਾਹੀਦੀਆਂ ਨੇ ਜੋ ਡਰੱਗ ਦੇ ਅਗੇਂਸਟ ਨੇ ਖਾਸ ਕਰਕੇ ਜੋ ਆਪਣੇ ਕ੍ਰਿਮੀਨਲ ਐਕਟੀਵਿਟੀ ਹੈ ਉਹਨਾਂ ਦੇ ਅਗੇਂਸਟ ਜੇ ਆਪਾਂ ਕਹਿ ਦਈਏ ਬਈ ਟਫ ਔਨ ਕ੍ਰਾਈਮ ਜਿਹੜੇ ਰਿਪੀਟ ਅਫੈਂਡਰਸ ਨੇ ਕੈਚ ਐਂਡ ਰਿਲੀਜ਼ ਵਾਲੀ ਜਿਹੜੀ ਇਹ ਗੱਲ ਹੈ ਉਹਨੂੰ ਆਪਾਂ ਨੂੰ ਬੰਦ ਕਰਨਾ ਪੈਣਾ ਅਤੇ ਆਪਾਂ ਨੂੰ ਮੇਕ ਸ਼ੋਰ ਕਰਨਾ ਪੈਣਾ ਵੀ ਆਪਣਾ ਜਿਹੜਾ ਲਾਅ ਵਾ ਉਹ ਆਪਾਂ ਹਾਰਡ ਕਰ ਸਕੀਏ ਤਾਂ ਕਿ ਜਿਹੜੇ ਹਾਰਡ ਕ੍ਰਿਮੀਨਲਸ ਨੇ ਉਹਨਾਂ ਨੂੰ ਆਪਾਂ ਜੇਲ੍ਹ 'ਚ ਰੱਖ ਸਕੀਏ ਨਾ ਕਿ ਬਾਰ ਬਾਰ ਉਹਨਾਂ ਨੂੰ ਸਟਰੀਟ 'ਤੇ ਪਾਈਏ ਅਤੇ ਆਪਣੀ ਆਉਣ ਵਾਲੀ ਜਨਰੇਸ਼ਨ ਜੋ ਤੁਸੀਂ ਕਹਿ ਰਹੇ ਹੋ ਬੱਚਿਆਂ ਨੂੰ ਯੂਥ ਨੂੰ ਉਹ ਮਗਰ ਲਾ ਰਹੇ ਨੇ ਚਾਹੇ ਉਹ ਇਸ ਧੰਦੇ ਦੇ ਵਿੱਚ ਪੈ ਰਹੇ ਨੇ ਚਾਹੇ ਉਹ ਖੁਦ ਆਪਣੀ ਜਿਵੇਂ ਕਹਿੰਦੇ ਜ਼ਿੰਦਗੀ ਖਰਾਬ ਕਰ ਰਹੇ ਨੇ ਇਨ ਟਰਮਸ ਆਫ ਉਹ ਨਸ਼ੇ ਕਰ ਰਹੇ ਨੇ ਨਸ਼ਿਆਂ 'ਤੇ ਲੱਗ ਰਹੇ ਨੇ ਅਤੇ ਹੋਰ ਵੀ ਇਨਫਲੂਐਂਸ ਦੇ ਵਿੱਚ ਲੈ ਕੇ ਯੰਗ ਤੋਂ ਯੰਗ ਬੱਚਿਆਂ ਨੂੰ ਨਾਲ ਜੋੜ ਰਹੇ ਨੇ ਅਤੇ ਗਲਤ ਥਾਂ ਪਾ ਰਹੇ ਨੇ ਸੋ ਉਹਨਾਂ ਨੂੰ ਇੱਕ ਜਿਵੇਂ ਕਹਿੰਦੇ ਆ ਵੀ ਜੱਗ ਦੀ ਆਸ ਹੋਣੀ ਚਾਹੀਦੀ ਹੈ ਵੀ ਇੱਕ ਯੰਗ ਇੱਕ ਯੂਥ ਲੀਡਰ ਹੋਣਾ ਚਾਹੀਦਾ ਜਿਹੜਾ ਉਹਨਾਂ ਨੂੰ ਸਮਝ ਸਕੇ ਜੋ ਮੈਂ ਇੱਥੋਂ ਦੇਖਿਆ ਕਿਉਂਕਿ ਇੱਥੇ ਪਲੇ ਹਾਂ ਇੱਥੇ ਯੂਥ ਦੇ ਵਿੱਚ ਜਿਵੇਂ ਕਹਿੰਦੇ ਰਹੇ ਹਾਂ ਮੈਂ ਖੁਦ ਕਹਿੰਦਾ ਵੀ ਮੈਂ ਉਸ ਚੀਜ਼ ਨੂੰ ਬਿਲੋਂਗ ਕਰਦਾ ਅਤੇ ਮੈਂ ਪਿਛਲੇ 14-15 ਸਾਲਾਂ ਤੋਂ ਸਪੋਰਟਸ ਟੀਮਾਂ ਦੇ ਨਾਲ ਜੁੜਿਆ ਹੋਇਆ ਕੋਚ ਕਰ ਰਿਹਾ ਸੋ ਉਹ ਆਪਣੀ ਆਉਣ ਵਾਲੀ ਜਨਰੇਸ਼ਨ ਆ ਮੈਂ ਉਹਨਾਂ ਦੇ ਨਾਲ ਜੁੜਿਆ ਹੋਇਆ ਅਤੇ ਉਹਨਾਂ ਦੇ ਜੋ ਪੇਰੈਂਟਸ ਨੇ ਉਹਨਾਂ ਦੇ ਨਾਲ ਪਿਛਲੇ 10-15 ਸਾਲਾਂ ਨਾਲ ਜੁੜਿਆ ਹੋਇਆ ਅਤੇ ਉਹਨਾਂ ਨੂੰ ਮੈਂ ਅੰਡਰਸਟੈਂਡ ਕਰਦਾ ਵੀ ਉਹਨਾਂ ਦੀਆਂ ਪ੍ਰੋਬਲਮਸ ਕੀ ਨੇ ਕਮਿਊਨਿਟੀ ਦੀਆਂ ਪ੍ਰੋਬਲਮਸ ਕੀ ਨੇ ਅਤੇ ਆਪਣੀ ਰਾਈਡਿੰਗ ਦੀਆਂ ਇਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਉਹ ਜ਼ਰੂਰੀ ਨੇ ਅਤੇ ਦੂਜੀ ਵੱਡੀ ਗੱਲ ਜਿਹੜੀ ਆਪਾਂ ਕਹਿ ਦਿੰਦੇ ਹਾਂ ਵੀ ਇਕੱਲੀ ਆਪਣੀ ਇਸ ਰਾਈਡਿੰਗ ਦੀ ਨਹੀਂ ਰਹਿ ਜਾਂਦੀ ਉਹ ਓਵਰਆਲ ਕੈਨੇਡਾ ਵਾਈਡ ਹੈਗੀ ਆ ਚਾਹੇ ਆਪਾਂ ਇਨਫਲੇਸ਼ਨ ਦੀ ਗੱਲ ਕਰ ਲਈਏ ਚਾਹੇ ਆਪਾਂ ਅਫੋਰਡੇਬਿਲਿਟੀ ਦੀ ਗੱਲ ਕਰ ਲਈਏ ਸਪੋਰਟਸ ਦੀ ਤੁਸੀਂ ਗੱਲ ਕੀਤੀ ਹੈ ਹਾਂਜੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਮਿਊਨਿਟੀ ਨਾਲ ਐਕਟਿਵ ਰਹੇ ਹੋ ਅਤੇ ਇੱਥੇ ਊਸ਼ਾ ਗਰਾਊਂਡਸ ਵੀ ਬਣਾਈਆਂ ਨੇ ਤੁਹਾਡੀ ਇਨਵੋਲਵਮੈਂਟ ਉਸ ਨੂੰ ਡਿਵੈਲਪ ਕਰਨ ਦੇ ਵਿੱਚ ਵੀ ਕਾਫੀ ਰਹੀ ਹੈ ਹਾਂਜੀ ਜਿਸ ਤਰ੍ਹਾਂ ਕਿ ਐਡਮਿੰਟਨ ਦਾ ਯੂਥ ਬਹੁਤ ਸਾਰਾ ਐਕਟਿਵ ਰਿਹਾ ਹੈਗਾ ਸਪੋਰਟਸ ਦੇ ਵਿੱਚ ਸੋਕਰ ਦੀ ਗੱਲ ਕਰੀਏ ਅੱਜ ਕੱਲ੍ਹ ਕ੍ਰਿਕਟ ਬੜੀ ਕਾਮਨ ਹੋ ਰਹੀ ਹੈ ਬਹੁਤ ਸਾਰੇ ਲੋਕ ਕ੍ਰਿਕਟ ਖੇਡ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਸਪੋਰਟਸ ਨੂੰ ਲੈ ਕੇ ਲੋਕਾਂ ਦੇ ਵਿੱਚ ਅਵੇਅਰਨੈਸ ਅਤੇ ਲੋਕਾਂ ਨੂੰ ਜੋ ਫੈਸਿਲਿਟੀਜ਼ ਦਿੱਤੀਆਂ ਜਾ ਸਕਦੀਆਂ ਉਹਦੇ ਵਿੱਚ ਕੋਈ ਸਪੇਸ ਹੈ ਜਿੱਥੇ ਰਿਪ੍ਰੈਜੈਂਟੇਸ਼ਨ ਪ੍ਰੋਪਰ ਚਾਹੀਦੀ ਆ ਤਾਂ ਕਿ ਜਿਹੜਾ ਯੂਥ ਆ ਉਹ ਕ੍ਰਿਮੀਨਲ ਐਕਟੀਵਿਟੀਜ਼ ਜਾਂ ਡਰੱਗ ਰਿਲੇਟਿਡ ਐਕਟੀਵਿਟੀਜ਼ ਨੂੰ ਜਾਣ ਨਾਲੋਂ ਸਪੋਰਟਸ ਵਾਲੇ ਬਣੇ ਜਾਵੇ ਇਨਕਲੀਨੇਸ਼ਨ ਉੱਧਰ ਵਧੇ ਅਤੇ ਤਾਂ ਕਿ ਇਹਨਾਂ ਪ੍ਰੋਬਲਮਸ ਦਾ ਸੋਲਿਊਸ਼ਨ ਆਪਣੇ ਆਪ ਹੀ ਨਿਕਲ ਸਕੇ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਮੈਂ ਇਸ ਚੀਜ਼ ਨੂੰ ਕਹਿੰਦਾ ਬਹੁਤ ਵੱਧ ਚੜ੍ਹ ਕੇ ਇਸ ਚੀਜ਼ ਦੀ ਮੈਂ ਸਪੋਰਟ ਕਰਦਾ ਅਤੇ ਇਸ ਚੀਜ਼ 'ਤੇ ਵੋਕਲ ਹਾਂ ਕਿ ਜਿਹੜੀ ਐਕਸਟਰਾ ਕਰਿਕੁਲਮ ਐਕਟੀਵਿਟੀਜ਼ ਨੇ ਸਪੋਰਟਸ ਨੇ ਉਹ ਬਹੁਤ ਜ਼ਰੂਰੀ ਨੇ ਯੂਥ ਲਈ ਉਹ ਕਿਤੇ ਨਾ ਕਿਤੇ ਇੱਕ ਉਹਨਾਂ ਨੂੰ ਆਪਾਂ ਕਹਿ ਸਕ ਦਈਏ ਚੇਂਜ ਕਰਦੀ ਹੈ ਉਹਨਾਂ ਨੂੰ ਡਿਵੈਲਪ ਕਰਦੀ ਹੈ ਚੈਨਲਾਈਜ਼ ਕਰਦੀ ਹੈ ਉਹਨਾਂ ਦੀ ਅਤੇ ਉਹਨਾਂ ਨੂੰ ਜਿਹੜੀਆਂ ਹੋਰ ਚੀਜ਼ਾਂ ਨੇ ਉਹਨਾਂ ਤੋਂ ਪਰੇ ਰੱਖਦੀ ਹੈ ਕਿਉਂਕਿ ਤੁਹਾਡਾ ਟਾਈਮ ਤੁਹਾਡਾ ਮਾਇੰਡ ਕੰਜ਼ੂਮ ਹੁੰਦਾ ਕਿ ਤੁਸੀਂ ਸਪੋਰਟਸ ਖੇਡਣੀ ਆ ਤੁਹਾਡੇ 'ਚ ਕੰਪੈਟੀਟਿਵਨੈਸ ਆਉਂਦੀ ਆ ਤੁਹਾਡੇ 'ਚ ਡਿਸਪਲਿਨ ਆਉਂਦਾ ਉਹ ਜ਼ਰੂਰੀ ਹੈ ਇਸ ਚੀਜ਼ ਨੂੰ ਲੈ ਕੇ ਫੈਡਰਲ ਤੋਂ ਕੀ ਲੈ ਕੇ ਆਉਣ ਦੀ ਅਸੀਂ ਆਸ ਕਰ ਸਕਦੇ ਹਾਂ ਬਿਲਕੁਲ ਜੀ ਮੈਂ ਚਾਹੁੰਦਾ ਵੀ ਇੱਥੇ ਹੁਣ ਦੇਖੋ ਜਿਵੇਂ ਤੁਸੀਂ ਗੱਲ ਕੀਤੀ ਹੈ ਕ੍ਰਿਕਟ ਦੀ ਕ੍ਰਿਕਟ ਦੀ ਡਿਮਾਂਡ ਬਹੁਤ ਵੱਧ ਚੁੱਕੀ ਹੈ ਅਤੇ ਆਪਣੇ ਐਡਮਿੰਟਨ ਦੇ ਵਿੱਚ ਆਪਾਂ ਓਵਰਆਲ ਕੈਨੇਡਾ ਦੇ ਵਿੱਚ ਵੀ ਲਾ ਲਈਏ ਇੰਨੀਆਂ ਫੈਸਿਲਿਟੀਜ਼ ਨਹੀਂ ਹੈਗੀਆਂ ਅਤੇ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਕਿ ਖਾਸ ਕਰਕੇ ਅਲਬਰਟਾ ਵਰਗੇ ਸੂਬੇ ਦੇ ਵਿੱਚ
80%+ ਸੂਬੇ ਦੇ ਵਿੱਚ 6 ਤੋਂ 7 ਮਹੀਨੇ ਸਨੋਅ ਰਹਿੰਦੀ ਹੈ, ਠੰਡ ਦਾ ਮੌਸਮ ਰਹਿੰਦਾ ਹੈ. ਯੈਸ, ਸੋਕਰ ਵਾਸਤੇ ਫੈਸਿਲਿਟੀਜ਼ ਹੈਗੀਆਂ ਨੇ, ਬਾਸਕਟਬਾਲ ਵਾਸਤੇ ਫੈਸਿਲਿਟੀਜ਼ ਹੈਗੀਆਂ ਨੇ, ਇਨਡੋਰ ਫੈਸਿਲਿਟੀਜ਼ ਹੈਗੀਆਂ ਨੇ. ਆਪਾਂ ਰੈਕ ਸੈਂਟਰ ਦੇ ਵਿੱਚ ਬੈਠੇ ਹਾਂ. ਆਈਸ ਹੋਕੀ ਬਹੁਤ ਵਧੀਆ ਜਿਵੇਂ ਕਹਿੰਦੇ ਵੀ ਇੱਕ ਸਪੋਰਟ ਹੈਗੀ ਹੈ ਜਿਹਦੇ ਨਾਲ ਆਪਾਂ ਜਵਾਕਾਂ ਨੂੰ ਜੋੜਿਆ ਜਾ ਸਕਦਾ. ਅਤੇ ਮੈਂ ਪਿਛਲੇ 5-7 ਸਾਲਾਂ ਤੋਂ ਇਹ ਚੇਂਜ ਦੇਖੀ ਹੈ ਕਿ ਕ੍ਰਿਕਟ ਬਹੁਤ ਵੱਧ ਚੜ੍ਹ ਕੇ ਅੱਗੇ ਆਈ ਹੈ, ਅਤੇ ਮੈਂ ਕੋਸ਼ਿਸ਼ ਕਰਾਂਗਾ, ਕਰਦੇ ਰਹਾਂਗੇ. ਹੁਣ ਵੀ ਲੱਗੇ ਹੋਏ ਹਾਂ ਕਮਿਊਨਿਟੀ ਲੈਵਲ 'ਤੇ, ਨਵੀਂ ਪਿੱਚ ਬਣੀ ਆ ਮੈਲਵੁੱਡਸ ਦੇ ਵਿੱਚ, ਉੱਥੇ ਨਵੀਂ ਗਰਾਊਂਡ ਬਣੀ ਆ, ਪੂਸ਼ਾ ਦੀਆਂ ਗਰਾਊਂਡਸ ਦੇ ਵਿੱਚ ਜਿਹੜੀਆਂ ਪਿੱਚਾਂ ਨੇ ਉਹਨਾਂ ਦੀ ਰਿਪੇਅਰ ਹੋ ਰਹੀ ਆ, ਬਹੁਤ ਵਧੀਆ ਤਰੀਕੇ ਨਾਲ ਯੂਜ਼ ਹੋ ਰਹੀਆਂ. ਕੋਸ਼ਿਸ਼ ਕਰਾਂਗੇ ਕਿਤੇ ਨਾ ਕਿਤੇ ਆਪਾਂ ਜੇ ਕੋਈ ਇਨਡੋਰ ਸਟੇਡੀਅਮ ਜਾਂ ਇਨਡੋਰ ਫੈਸਿਲਿਟੀਜ਼ ਬਣ ਜਾਣ, ਚਾਹੇ ਉਹ ਫੀਲਡ ਹਾਕੀ ਲਈ ਹੋਵੇ, ਚਾਹੇ ਉਹ ਕ੍ਰਿਕਟ ਲਈ ਹੋਵੇ. ਕਿਉਂਕਿ ਪਿਛਲੇ ਦੇਖਣ ਨੂੰ ਆ ਰਿਹਾ ਜਿੱਦਾਂ ਕਮਿਊਨਿਟੀ ਆਪਣੀ ਗਰੋ ਹੋਈ ਹੈ, ਕ੍ਰਿਕਟ ਨੂੰ ਅਤੇ ਫੀਲਡ ਹਾਕੀ ਨੂੰ ਬਹੁਤ ਬੜਾਵਾ ਮਿਲਿਆ, ਅਤੇ ਉਹ ਕੋਸ਼ਿਸ਼ ਹੈ, ਕੋਸ਼ਿਸ਼ ਰਹੇਗੀ, ਕਰਾਂਗੇ ਵੀ ਕਿਤੇ ਨਾ ਕਿਤੇ ਆਪਣੇ ਯੂਥ ਨੂੰ ਉਹਨਾਂ ਚੀਜ਼ਾਂ ਵੱਲ ਜੋੜਿਆ ਜਾਵੇ, ਤਾਂ ਉਹਨਾਂ ਨੂੰ ਫੈਸਿਲਿਟੀਜ਼ ਦਿੱਤੀਆਂ ਜਾਣ ਸਿਟੀ ਦੇ ਨਾਲ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਰਲ ਕੇ, ਕਿਤੇ ਹੋਰ ਆਪਾਂ ਵੱਡਾ ਕੋਈ ਪ੍ਰੋਜੈਕਟ ਵੱਡੇ ਸਿਟੀਆਂ ਦੇ ਵਿੱਚ ਲਾ ਕੇ ਉਹ ਸਪੋਰਟਸ ਨੂੰ ਬੜਾਵਾ ਦਿੱਤਾ ਜਾਵੇ. ਸੋ ਯੂਥ ਸੈਂਟ੍ਰਿਕ ਅਪਰੋਚ ਤੁਸੀਂ ਲੈਣ ਜਾ ਰਹੇ ਹੋ ਆਉਣ ਵਾਲੇ ਸਮੇਂ 'ਚ, ਅਗਰ ਤੁਹਾਨੂੰ ਰਿਪ੍ਰੈਜੈਂਟੇਸ਼ਨ ਦਾ ਮੌਕਾ ਦਿੱਤਾ ਜਾਂਦਾ, ਜਿਸ ਤਰ੍ਹਾਂ ਕਿ ਦਰਸ਼ਕ ਦੇਖ ਰਹੇ ਆ, ਸੁਣ ਰਹੇ ਆ, ਤੁਹਾਡੀਆਂ ਤੁਹਾਡੀ ਅਪਰੋਚ ਨੂੰ ਸੁਣ ਰਹੇ ਆ, ਬਹੁਤ ਸਾਰੇ ਲੋਕ ਤੁਹਾਨੂੰ ਇਸ ਏਰੀਏ ਦੇ ਵਿੱਚ ਜਾਣਦੇ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਡੇ ਫਰੈਂਡਸ, ਤੁਹਾਡਾ ਬਹੁਤ ਸਾਰਾ ਸਰਕਲ ਇੱਥੇ ਹੈ, ਐਂਡ ਉਹ ਜਾਣਦੇ ਆ ਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਹਨਾਂ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋ, ਚਾਹੇ ਉਹ ਆਈਸ ਹੋਕੀ ਹੋਵੇ ਜਾਂ ਸੋਕਰ ਹੋਵੇ ਜਾਂ ਹੋਰ ਸਪੋਰਟਸ ਹੋਣ, ਅਤੇ ਹੁਣ ਸਮਾਂ ਕ੍ਰਿਕਟ ਦਾ, ਬਹੁਤ ਸਾਰੇ ਲੋਕ ਆ ਰਹੇ ਆ, ਅਤੇ ਉਹਨਾਂ ਦੇ ਲਈ ਤੁਸੀਂ ਸਪੋਰਟ ਦਾ ਕੰਮ ਕਰੋਗੇ. ਨੈਮ, ਇੱਥੇ ਮੈਨੂੰ ਇੱਕ ਹੋਰ ਵੀ ਗੱਲ ਯਾਦ ਆ ਰਹੀ ਹੈ ਕਿ ਸਾਡਾ ਯੂਥ ਐਜੂਕੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸੈਂਸਿਟਿਵ ਹੈ. ਹਾਂਜੀ, ਯੂਥ ਨਾਲੋਂ ਜਿਹੜੇ ਪੇਰੈਂਟਸ ਹੈ ਉਹਨਾਂ ਦਾ ਹਮੇਸ਼ਾ ਇਨਕਲੀਨੇਸ਼ਨ ਰਹਿੰਦਾ ਕਿ ਜਦੋਂ ਉਹ ਕੈਨੇਡਾ ਲੈਂਡ ਕਰਦੇ ਆ, ਚਾਹੁੰਦੇ ਆ ਕਿ ਸਾਡੇ ਬੱਚੇ ਵਾਈਟ ਕਾਲਰ ਜੋਬ ਦੇ ਵਿੱਚ ਆ. ਬਿਲਕੁਲ, ਪਰ ਫੈਸਿਲਿਟੀਜ਼ ਨੂੰ ਲੈ ਕੇ ਕਮਿਊਨਿਟੀ ਲੈਵਲ ਦੇ ਉੱਪਰ ਬਹੁਤ ਜ਼ਿਆਦਾ ਰਿਸੋਰਸਿਸ ਅਵੇਲੇਬਲ ਨਹੀਂ ਹੈਗੇ. ਬਿਲਕੁਲ, ਐਂਡ ਬਹੁਤ ਸਾਰੀਆਂ ਫੈਮਿਲੀਜ਼ ਜ਼ਿਆਦਾ ਨੇ ਜਿਹੜੀਆਂ ਲੈਕ ਕਰ ਜਾਂਦੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ. ਤੁਹਾਨੂੰ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ, ਇਸ ਤਰ੍ਹਾਂ ਦਾ ਪਲੇਟਫਾਰਮ, ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਕੀਤਾ ਜਾ ਸਕਦਾ ਫੈਡਰਲ ਗਵਰਨਮੈਂਟ ਦੀ ਸਹਾਇਤਾ ਦੇ ਨਾਲ, ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਸਹਾਇਤਾ ਦੇ ਨਾਲ, ਜਿਸ ਦੇ ਨਾਲ ਜਿਹੜੀਆਂ ਫੈਮਿਲੀਜ਼ ਇਸ ਚੀਜ਼ ਦੇ ਨਾਲ ਸਟਰਗਲ ਕਰ ਰਹੀਆਂ ਕਿ ਜਿਹੜੇ ਉਹਨਾਂ ਦੇ ਬੱਚੇ ਹੈਗੇ ਆ ਉਹ ਸਹੀ ਐਜੂਕੇਸ਼ਨ ਲੈ ਕੇ ਅਤੇ ਆਪਣਾ ਸਹੀ ਪ੍ਰੋਫੈਸ਼ਨਲ ਬਣ ਸਕਣ. ਬਿਲਕੁਲ ਜੀ, ਬਹੁਤ ਵਧੀਆ ਸਵਾਲ ਆ. ਇਹ 2-3 ਤਰੀਕਿਆਂ ਨਾਲ ਆਪਾਂ ਇਹਨੂੰ ਦੇਖਿਆ ਜਾ ਸਕਦਾ. ਇੱਕ ਤਾਂ ਜੀ, ਜਿਹੜੀ ਆਪਣੀ ਇਨਫਰਾਸਟ੍ਰਕਚਰ ਆਪਾਂ ਇਕਨੋਮਿਕ ਗਰੋਥ ਕਹਿੰਦੇ ਹਾਂ ਉਹ ਕਰਨੀ ਜ਼ਰੂਰੀ ਹੈ. ਜਿਹੜੀਆਂ ਆਪਣੀਆਂ ਨੈਚੁਰਲ ਰਿਸੋਰਸਿਸ ਨੇ, ਮੈਂ ਓਇਲ ਸੈਂਡਸ ਦੇ ਵਿੱਚ ਕੰਸਟਰਕਸ਼ਨ ਕੰਪਨੀ ਦੇ ਵਿੱਚ ਲਗਭਗ 10 ਸਾਲ ਕੰਮ ਕੀਤਾ ਐਜ਼ ਏ ਪ੍ਰੋਜੈਕਟ ਕੰਟਰੋਲਰ ਐਕਸਨ ਮੋਬਲ ਤੋਂ ਲੈ ਕੇ ਸ਼ੈਲ ਦੇ ਨਾਲ, ਹੋਰ ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਲ ਕੰਸਟਰਕਸ਼ਨ ਕੰਪਨੀ ਦੇ ਥਰੂ ਉਹਨਾਂ ਨਾਲ ਡੀਲ ਕਰਕੇ ਕੰਮ ਕੀਤਾ. ਸੋ ਜੇ ਆਪਾਂ ਨੈਚੁਰਲ ਰਿਸੋਰਸਿਸ ਡਿਵੈਲਪ ਕਰਾਂਗੇ, ਨੈਚੁਰਲੀ ਆਪਣੀਆਂ ਜੋਬਸ ਵਧੀਆ ਹੋਣਗੀਆਂ, ਇੱਥੇ ਇਕਨੋਮਿਕ ਐਕਟੀਵਿਟੀ ਹੋਏਗੀ. ਸੋ ਫਿਰ ਦੂਜੀ ਗੱਲ ਉਹ ਇਹ ਆ ਜਾਂਦੀ ਆ ਵੀ ਫਿਰ ਜਿੱਦਾਂ ਹੀ ਆਪਣੀ ਇਕਨੋਮਿਕ ਗਰੋਥ ਨੇ ਵਧਣਾ, ਜੋਬਸ ਬਣੀਆਂ ਨੇ, ਆਪਾਂ ਨੂੰ ਉਹ ਇਨਫਰਾਸਟ੍ਰਕਚਰ ਵੀ ਚਾਹੀਦਾ, ਚਾਹੇ ਉਹ ਸਕੂਲਸ ਹੋਣ, ਕਾਲਜਸ ਹੋਣ. ਮੈਂ ਕੋਸ਼ਿਸ਼ ਕਰਾਂਗਾ, ਸੁਣਨ ਦੇ ਵਿੱਚ ਆਇਆ, ਇੱਥੇ ਵੀ ਮਿਲੇ ਹਾਂ, ਕਮਿਊਨਿਟੀ ਦੇ ਵਿੱਚ ਵਿਚਰ ਰਹੇ ਹਾਂ, ਖੁਦ ਮੈਂ ਇੱਕ ਪੇਰੈਂਟ ਹਾਂ, ਮੇਰੇ ਬੱਚਿਆਂ ਨੇ ਆਉਣ ਵਾਲੀ ਟਾਈਮ ਦੇ ਵਿੱਚ ਯੂਨੀਵਰਸਿਟੀ ਜਾਣਾ, ਕਾਲਜ ਜਾਣਾ, ਕਿ ਉਹਨਾਂ ਦਾ ਜੋ ਇਮੀਗ੍ਰੇਸ਼ਨ ਦਾ ਢਾਂਚਾ ਹੈ, ਜੋ ਸਟੂਡੈਂਟਸ ਦਾ ਢਾਂਚਾ ਹੈ, ਜੋ ਇੱਥੋਂ ਦੇ ਜੰਮੇ ਪਲੇ ਬੱਚਿਆਂ ਨੇ, ਉਹਨਾਂ ਨੂੰ ਵਧੀਆ ਸੀਟਾਂ, ਜ਼ਿਆਦਾ ਸੀਟਾਂ ਦਿੱਤੀਆਂ ਜਾਣ, ਤਾਂ ਕਿ ਜਿਹੜੀ ਇੱਕ ਐਜੂਕੇਸ਼ਨ ਆ, ਜਿਹੜੀ ਇੱਕ ਫੰਡਾਮੈਂਟਲ ਆ, ਇੱਕ ਅਸੈਂਸ਼ਲ ਆ ਆਉਣ ਵਾਲੀ ਗਰੋਥ ਦੇ ਲਈ, ਪਾਪੂਲੇਸ਼ਨ ਦੇ ਲਈ, ਜਨਰੇਸ਼ਨ ਦੇ ਲਈ, ਉਹਨੂੰ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਜਾਵੇ. ਨਾ ਕਿ ਜਿਵੇਂ ਕਿ ਆਪਾਂ ਦੇਖਿਆ ਹੋਰ ਦੇਸ਼ਾਂ ਦੇ ਵਿੱਚ ਵੀ ਇੱਥੇ ਕਾਲਜ ਖੁੱਲ੍ਹ ਗਿਆ, ਇੱਥੇ ਯੂਨੀਵਰਸਿਟੀ ਖੁੱਲ੍ਹ ਗਈ, ਇੱਥੇ ਬੱਚਿਆਂ ਦੀ ਐਡਮਿਸ਼ਨ ਹੋ ਗਈ, ਅਤੇ ਸਿਰਫ ਉਹ ਇੱਕ ਪੇਪਰ ਕੰਮ ਕਰੇ ਵੀ ਵੀਜ਼ਾ ਲੈਣ ਲਈ. ਨਹੀਂ, ਮੈਂ ਚਾਹੁੰਦਾ ਕਿ ਉਹ ਯੂਨੀਵਰਸਿਟੀਆਂ ਪ੍ਰੋਪਰ ਹੋਣ, ਆਉਣ ਵਾਲੇ ਜਨਰੇਸ਼ਨ ਨੂੰ ਪੜ੍ਹਾ ਸਕਣ, ਉਹਨਾਂ ਨੂੰ ਵਧੀਆ ਜੋਬਾਂ, ਚਾਹੇ ਉਹ ਵਾਈਟ ਕਾਲਰ ਹੋਵੇ, ਚਾਹੇ ਉਹ ਸਰਵਿਸ ਦੇ ਵਿੱਚ ਹੋਵੇ, ਚਾਹੇ ਉਹ ਐਜ਼ ਅ ਡਾਕਟਰ ਹੋਵੇ, ਚਾਹੇ ਐਜ਼ ਅ ਪ੍ਰੋਫੈਸ਼ਨਲ ਇੰਜੀਨੀਅਰ ਹੋਵੇ, ਚਾਹੇ ਐਜ਼ ਅ ਪ੍ਰੋਜੈਕਟ ਮੈਨੇਜਰ ਹੋਵੇ, ਉਹਨਾਂ ਨੂੰ ਵਧੀਆ ਜੋਬਾਂ ਦੇ. ਸੋ ਮੇਰੀ ਕੋਸ਼ਿਸ਼ ਹੋਏਗੀ, ਮੈਂ ਵੱਧ ਚੜ੍ਹ ਕੇ ਇਸ ਚੀਜ਼ ਦੇ ਵਿੱਚ
ਹਿੱਸਾ ਲਵਾਂਗਾ ਅਤੇ ਕੋਸ਼ਿਸ਼ ਕਰਾਂਗਾ ਵੀ ਜਿਹੜੀ ਐਜੂਕੇਸ਼ਨ ਆ, ਹਾਇਰ ਐਜੂਕੇਸ਼ਨ, ਸੈਕਿੰਡ ਲੈਵਲ ਦੀ ਐਜੂਕੇਸ਼ਨ, ਉਹਨੂੰ ਪ੍ਰੋਵਿੰਸ਼ੀਅਲ ਗਵਰਨਮੈਂਟਸ ਦੇ ਨਾਲ ਜਿਵੇਂ ਤੁਸੀਂ ਕਿਹਾ ਰਲ ਕੇ ਉਹਨਾਂ ਦੀਆਂ ਜਿਹੜੀਆਂ ਸੀਟਾਂ ਨੇ ਉਹਨਾਂ ਨੂੰ ਵਧਾਇਆ ਜਾਵੇ ਅਤੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਮੈਨੇਜ ਕਰਕੇ, ਸਾਡੇ ਬਹੁਤ ਸਾਰੇ ਬੱਚੇ ਇਸ ਸਮੇਂ ਆਸਟ੍ਰੇਲੀਆ ਜਾ ਰਹੇ ਆ, ਯੂਕੇ ਜਾ ਰਹੇ ਆ, ਇਨਫੈਕਟ ਇੰਡੀਆ ਜਾ ਰਹੇ ਆ ਮੈਡੀਕਲ ਦੀ ਸਟੱਡੀ ਕਰਨ ਦੇ ਲਈ, ਬਿਲਕੁਲ ਜੀ, ਲਾਇਰ ਬਣਨ ਦੇ ਲਈ, ਬਿਲਕੁਲ, ਅਤੇ ਉੱਥੋਂ ਦੁਬਾਰਾ ਬਣ ਕੇ ਜਦੋਂ ਫਿਰ ਉਹ ਕੈਨੇਡਾ ਪਹੁੰਚਦੇ ਉਹਨਾਂ ਨੂੰ ਫਿਰ ਇੱਕ ਸਿਸਟਮ ਦੇ ਵਿੱਚੋਂ ਗੁਜ਼ਰਨਾ ਪੈਂਦਾ, ਇੱਕ ਟੈਸਟਿੰਗ ਸਿਸਟਮ ਆ ਜਿਹੜਾ ਕਿ ਇੱਥੋਂ ਦਾ ਲੋਕਲ ਉਹਨਾਂ ਦੇ ਉੱਪਰ ਲਾਗੂ ਹੁੰਦਾ, ਬਿਲਕੁਲ, ਬਹੁਤ ਸਾਰੇ ਪੇਰੈਂਟਸ ਇਸ ਚੀਜ਼ ਦੇ ਲਈ ਬੜੇ ਮਜਬੂਰ ਫੀਲ ਕਰਦੇ ਆ ਕਿਉਂਕਿ ਫਾਈਨੈਂਸ਼ਲੀ ਉਹਨਾਂ ਨੂੰ ਬਹੁਤ ਪੈਸਾ ਲਾਉਣਾ ਪੈਂਦਾ ਐਂਡ ਸੀਟ ਦੀ ਅਵੇਲੇਬਿਲਿਟੀ ਹੈ ਨਹੀਂ ਹੈਗੀ, ਉਹ ਦੂਜੇ ਬੰਨੇ ਪ੍ਰੋਵਿੰਸ਼ੀਅਲੀ ਜਾਂ ਫੈਡਰਲੀ ਕਹਿ ਲਈਏ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਫੈਮਿਲੀ ਡਾਕਟਰਸ ਤੋਂ ਬਗੈਰ ਹੀ ਇੱਥੇ ਗੁਜ਼ਾਰਾ ਕਰ ਰਹੇ, ਬਿਲਕੁਲ ਜੀ, ਸੋ ਇਹ ਚੀਜ਼ਾਂ ਨੂੰ ਬੜਾਵਾ ਦੇਣ ਦੀ ਲੋੜ ਹੈ ਕਿ ਵੀ ਆਪਾਂ ਇੱਕ ਵਧੀਆ ਐਜੂਕੇਸ਼ਨ ਸਿਸਟਮ ਹੋਵੇ ਜਿਹਦੇ ਵਿੱਚ ਆਪਾਂ ਮੋਸਟ ਕੁਆਲੀਫਾਈਡ ਆਪਣੇ ਕੋਲ ਪ੍ਰੋਫੈਸਰਸ ਹੋਣ ਅਤੇ ਉਹ ਸੀਟਾਂ ਵਧਾ ਕੇ ਆਪਾਂ ਇੱਥੋਂ ਦੀ ਜਨਰੇਸ਼ਨ, ਚਾਹੇ ਉਹ ਇਮੀਗ੍ਰੈਂਟ ਨੇ, ਚਾਹੇ ਉਹ ਇੱਥੇ ਆ ਕੇ ਮੇਰੇ ਵਾਂਗੂੰ ਰੇਜ਼ ਹੋਏ ਨੇ ਜਾਂ ਇੱਥੋਂ ਜੰਮੇ ਨੇ, ਉਹਨਾਂ ਦੇ ਲਈ ਆਪਾਂ ਇੱਕ ਵਧੀਆ ਐਜੂਕੇਸ਼ਨ ਸਿਸਟਮ ਬਣਾ ਸਕੀਏ ਤਾਂ ਕਿ ਇਨ ਫੈਕਟ ਉਹ ਆਪਣੀ ਹੈਲਪ ਹੋਏਗੀ, ਆਪਣੇ ਕੋਲ ਵਧੀਆ ਇੰਜੀਨੀਅਰਸ ਹੋਣਗੇ, ਡਾਕਟਰਸ ਹੋਣਗੇ, ਨਰਸਿਸ ਹੋਣਗੇ, ਜੋ ਕਿ ਸ਼ੋਰਟੇਜ ਹੋ ਰਹੀ ਹੈ ਉਹਨੂੰ ਜਿਵੇਂ ਕਹਿੰਦੇ ਆ ਉਸ ਲੈਵਲ ਦੇ ਵਿੱਚ ਕੰਮ ਕਰਕੇ ਅਤੇ ਉਹਨੂੰ ਇੱਕ ਵਧੀਆ ਜਿਵੇਂ ਕਹਿੰਦੇ ਸਿਸਟਮ ਨੂੰ ਬਣਾ ਸਕੀਏ। ਯੈਸ, ਪ੍ਰੋਵਿੰਸ਼ਲੀ ਜਿਹੜੀ ਐਜੂਕੇਸ਼ਨ ਹੈਗੀ ਆ ਜਾਂ ਆਪਾਂ ਕਹਿ ਦਈਏ ਕੇਅਰ ਸਿਸਟਮ ਹੈਗਾ, ਹੈਲਥ ਕੇਅਰ, ਉਹ ਪ੍ਰੋਵਿੰਸ਼ਲ ਲੈਵਲ 'ਤੇ, ਪਰ ਕਿਤੇ ਨਾ ਕਿਤੇ ਆਪਾਂ ਫੈਡਰਲ ਗਵਰਨਮੈਂਟ, ਮੈਂ ਕਹਿੰਦਾ ਵੀ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਬਣ ਸਕਦੀ ਆ ਪ੍ਰੋਵਿੰਸ਼ਲ ਗਵਰਨਮੈਂਟਸ ਨੂੰ ਨਾਲ ਲੈ ਕੇ, ਖਾਸ ਕਰਕੇ ਇਹੋ ਜਿਹੇ ਖੇਤਰ ਦੇ ਵਿੱਚ ਐਡਮਿੰਟਨ, ਕੈਲਗਰੀ ਜਾਂ ਆਪਾਂ ਕਹਿ ਦਈਏ ਅਲਬਰਟਾ ਦੇ ਵਿੱਚ ਜਿੱਥੇ ਪਾਪੂਲੇਸ਼ਨ ਗਰੋਥ ਬਹੁਤ ਹੋ ਰਹੀ ਹੈ ਅਤੇ ਇਹ ਇੱਕ ਡੈਸਟੀਨੇਸ਼ਨ ਬਣਿਆ ਹੋਇਆ ਬਿਕੋਜ਼ ਆਫ ਅਫੋਰਡੇਬਿਲਟੀ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਐਂਡ ਫੈਮਿਲੀਜ਼ ਦੇ ਲਈ, ਦੇ ਵਾਂਟ ਟੂ ਸੈਟਲ ਹੀਅਰ, ਉਹ ਮੂਵ ਹੋ ਰਹੇ ਨੇ ਟਰਾਂਟੋ, ਵੈਨਕੂਵਰ ਤੋਂ ਜਾਂ ਹੋਰ ਪ੍ਰੋਵਿੰਸਿਸ ਤੋਂ, ਸਿਟੀਜ਼ ਤੋਂ ਵਿੱਚ, ਬਿਕਾਜ਼ ਇੱਥੇ ਹਜੇ ਅਫੋਰਡੇਬਿਲਟੀ ਹੈਗੀ ਆ। ਸੋ ਮੈਂ ਚਾਹੁੰਦਾ ਵੀ ਕਿਤੇ ਨਾ ਕਿਤੇ ਅਲਬਰਟਾ ਗਵਰਨਮੈਂਟ ਦੇ ਨਾਲ ਕੰਮ ਕਰਕੇ ਫੈਡਰਲੀ ਆਪਾਂ ਕੋਈ ਵਧੀਆ, ਚਾਹੇ ਸਕੂਲਾਂ ਦੇ ਵਿੱਚ ਜਾਂ ਆਪਾਂ ਕਹਿ ਦਈਏ ਵੀ ਉਹਨਾਂ ਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਜਿਹੜਾ ਸਿਸਟਮ ਹੈਗਾ ਵੀ ਉਹਨੂੰ ਚੇਂਜ ਕਰ ਸਕੀਏ ਥੋੜ੍ਹਾ ਜਿਹਾ, ਵੀ ਜਿੱਥੇ ਤੁਸੀਂ ਕੈਨੇਡਾ ਵਾਈਡ ਕੰਮ ਕਰ ਸਕਦੇ ਹੋ, ਚਾਹੇ ਤੁਸੀਂ ਐਜ਼ ਏ ਨਰਸ ਹੋ, ਚਾਹੇ ਤੁਸੀਂ ਐਜ਼ ਏ ਡਾਕਟਰ ਹੋ ਜਾਂ ਜਿਵੇਂ ਇੰਜੀਨੀਅਰ ਕਰ ਸਕਦਾ, ਅਤੇ ਉਹ ਆਪਾਂ ਕਿਉਂ ਨਹੀਂ ਕਰ ਸਕਦੇ ਐਜ਼ ਇਨ ਅ ਮੈਡੀਕਲ ਫੀਲਡ। ਇੱਥੇ ਮੇਰੇ ਮਾਈਂਡ 'ਚ ਇੱਕ ਹੋਰ ਗੱਲ, ਇੱਥੇ ਮੇਰੇ ਸਾਹਮਣੇ ਇੱਕ ਹੋਰ ਗੱਲ ਆ ਰਹੀ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਅਤੇ ਫੈਡਰਲ ਗਵਰਨਮੈਂਟ ਦੇ ਵਿੱਚ ਹਮੇਸ਼ਾ ਤਲਖੀ ਰਹੀ ਹੈ, ਹਾਂਜੀ, ਸਪੈਸ਼ਲੀ ਅਲਬਰਟਾ ਐਂਡ ਕੈਨੇਡਾ ਗਵਰਨਮੈਂਟ ਦੇ ਵਿੱਚ। ਅਲਬਰਟਾ ਦੀ ਇਕੋਨਮੀ ਆਇਲ ਐਂਡ ਗੈਸ ਦੇ ਉੱਪਰ ਡਿਪੈਂਡੈਂਟ ਆ, ਇਹ ਸਭ ਨੂੰ ਪਤਾ, ਹਾਂਜੀ, ਐਂਡ ਅਫੋਰਡੇਬਿਲਿਟੀ ਦਾ ਕਾਰਨ ਵੀ ਇਹੀ ਹੈ ਕਿ ਇੱਥੇ ਜਿਹੜਾ ਸੇਲ ਟੈਕਸ ਘੱਟ ਹੈ, ਬਾਕੀ ਪ੍ਰੋਵਿੰਸਿਸ ਦੇ ਵਿੱਚ ਜੇ 12% ਹੈ ਤਾਂ ਇੱਥੇ ਸਿਰਫ 5% ਦੇਣਾ ਪੈਂਦਾ, ਹਾਂਜੀ, ਸੋ ਉਹ ਉਹਦੇ ਕਰਕੇ ਇੱਕ ਅਫੋਰਡੇਬਿਲਿਟੀ ਦਾ ਬਹੁਤ ਵੱਡਾ ਇਸ਼ੂ ਬਣਿਆ ਰਹਿੰਦਾ ਕਿ ਲੋਕ ਇੱਥੇ ਮੂਵ ਕਰ ਰਹੇ ਆ। ਜਿਸ ਤਰ੍ਹਾਂ ਪਿਛਲੇ ਸਾਲ ਦੀ ਗੱਲ ਕਰੀਏ, ਡੇਟਾ ਦੇ ਹਿਸਾਬ ਦੇ ਨਾਲ ਤਕਰੀਬਨ 2 ਲੱਖ ਨਵਾਂ ਬੰਦਾ ਅਲਬਰਟਾ ਦੇ ਵਿੱਚ ਆਇਆ, ਜਿਹਦੇ 'ਚ ਐਡਮਿੰਟਨ ਅਤੇ ਕੈਲਗਰੀ 'ਚ ਜ਼ਿਆਦਾ ਮਾਈਗ੍ਰੇਸ਼ਨ ਹੋਈ ਹੈ। ਇਹਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਅਤੇ ਜੋ ਫੈਡਰਲ ਗਵਰਨਮੈਂਟ ਆ ਉਹਦੇ ਵਿੱਚ ਜਿਹੜੀ ਤਲਖੀ ਆ ਉਹਨੂੰ ਘੱਟ ਕਰਨ ਦੇ ਲਈ ਕੀ ਕੀਤਾ ਜਾ ਸਕਦਾ, ਅਤੇ ਤੁਹਾਨੂੰ ਕੀ ਲੱਗਦਾ ਕਿ ਇਕੋਨਮੀ ਨੂੰ ਡਾਇਵਰਸੀਫਾਈ ਕਰਨ ਦੇ ਲਈ, ਕਿਉਂਕਿ ਸਾਡੀ ਬਹੁਤ ਸਾਰੀ ਐਨਰਜੀ ਰਿਕੁਆਇਰਮੈਂਟਸ ਹੈਗੀਆਂ ਉਹਨੂੰ ਅਸੀਂ ਦਰਕਿਨਾਰ ਨਹੀਂ ਕਰ ਸਕਦੇ, ਆਇਲ ਸਾਡੇ ਕੋਲ ਨਿਕਲ ਗਿਆ ਸਾਡੀ ਇਕੋਨਮੀ ਚੱਲੇਗੀ, ਅਤੇ ਪ੍ਰੋਬਲਮ ਇੱਥੇ ਆਉਂਦੀ ਆ ਕਿ ਸਾਡੇ ਕੋਲ ਹੋਰ ਕੋਈ ਆਪਸ਼ਨ ਹੈ ਨਹੀਂ, ਇੱਥੇ ਮੈਨੂਫੈਕਚਰਿੰਗ ਨਹੀਂ ਹੈ ਸਾਡੇ ਕੋਲ, ਇੱਥੇ ਸਾਡੇ ਕੋਲ ਕੋਈ ਹੋਰ ਇੱਦਾਂ ਦਾ ਸੈਕਟਰ ਨਹੀਂ ਹੈਗਾ, ਐਗਰੀਕਲਚਰ ਪ੍ਰੋਡਿਊਸ ਹੈ ਬਟ ਉਹਦੀ ਪ੍ਰੋਸੈਸਿੰਗ ਨਹੀਂ ਹੈਗੀ। ਇਹਨੂੰ ਲੈ ਕੇ ਤੁਹਾਡੇ ਮਾਇੰਡ ਦੇ ਵਿੱਚ ਕੋਈ ਹੈਗਾ ਕਿ ਉਹਦੀ ਰਿਪ੍ਰੈਜੈਂਟੇਸ਼ਨ ਪ੍ਰੋਪਰ ਉੱਥੇ ਜਾ ਕੇ ਕੀਤੀ ਜਾ ਸਕੇ ਤਾਂ ਕਿ ਵੱਧ ਤੋਂ ਵੱਧ ਇਨਵੈਸਟਮੈਂਟ ਅਲਬਰਟਾ ਦੇ ਵਿੱਚ ਲਿਆਂਦੀ ਜਾ ਸਕੇ ਅਤੇ ਇਕਨੋਮਿਕਲੀ ਇਹਨੂੰ ਗਰੋ ਕੀਤਾ ਜਾ ਸਕੇ? ਬਿਲਕੁਲ ਜੀ, ਮੈਂ ਦੇਖੋ ਆਪਾਂ ਗੱਲ ਕੀਤੀ ਹੈ ਤਾਂ ਹੀ ਮੈਂ ਕੰਜ਼ਰਵੇਟਿਵ ਪਾਰਟੀ ਨੂੰ ਚੂਜ਼ ਕਰਿਆ, ਕਿਉਂਕਿ ਜਿਹੜੀਆਂ ਕਰੰਟ ਨੀਤੀਆਂ ਨੇ ਕਰੰਟ ਸਰਕਾਰ ਦੀਆਂ ਉਹ ਕਿਤੇ ਨਾ ਕਿਤੇ ਅਲਬਰਟਾ ਨੂੰ ਲੈਕ ਕਰਦੀਆਂ ਨੇ, ਪਿੱਛੇ ਛੱਡਦੀਆਂ ਨੇ, ਕਿਉਂ? ਉਹਨਾਂ ਦੀਆਂ ਜਿਹੜੀਆਂ ਇਨਵਾਇਰਮੈਂਟਲ ਨੀਤੀਆਂ ਨੇ, ਜਿਹੜੀਆਂ ਉਹਨਾਂ ਦੀਆਂ ਗ੍ਰੀਨ ਆਪਾਂ ਕਹਿ ਦਿਆ ਵੀ ਨੀਤੀਆਂ ਨੇ, ਉਹ ਕਿਤੇ ਨਾ ਕਿਤੇ ਨੈਚੁਰਲ ਰਿਸੋਰਸਿਸ ਨੇ ਉਹਦੇ ਉੱਤੇ ਉਹਨੂੰ ਡਿਵੈਲਪ ਕਰਨ ਦੇ ਉੱਤੇ ਰੋਕ ਲਾਉਂਦੀਆਂ ਨੇ।
ਦੇਖੋ ਮੈਂ ਕਹਿੰਦਾ ਉਹ ਹੋਣਾ ਚਾਹੀਦਾ, ਇਨਵਾਇਰਮੈਂਟਲ ਫਰੈਂਡਲੀ ਹੋਣਾ ਚਾਹੀਦਾ, ਆਪਾਂ ਨੂੰ ਆਪਣੀ ਇਸ ਧਰਤੀ ਨੂੰ ਬਚਾਉਣਾ ਚਾਹੀਦਾ ਤਾਂ ਕਿ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਇੱਥੇ ਲੰਮੇ ਸਮੇਂ ਤੱਕ ਰਹਿ ਸਕਣ, ਹਿਊਮਨ ਰੇਸ ਇੱਥੇ ਰਹਿ ਸਕੇ। ਪਰ ਜਿਹੜੀ ਆਪਣੇ ਕੋਲ ਅੱਜ ਦੀ ਰਿਕੁਆਇਰਮੈਂਟ ਹੈ, ਜਿਹੜੀ ਲੋੜ ਹੈ, ਆਪਾਂ ਉਹਨੂੰ ਬੰਦ ਨਹੀਂ ਕਰ ਸਕਦੇ। ਸੋ ਉਹਦਾ ਸਲੂਸ਼ਨ ਕੀ ਹੈ? ਦੋ ਸਲੂਸ਼ਨ ਨੇ, ਇੱਕ ਤਾਂ ਬਿਲਕੁਲ ਡਾਇਵਰਸਿਫਿਕੇਸ਼ਨ ਹੋਣੀ ਚਾਹੀਦੀ ਹੈ, ਆਪਾਂ ਨੂੰ ਇਕਨੋਮਿਕ ਫੈਕਟਰ ਡਾਇਵਰਸ ਕਰਨਾ ਚਾਹੀਦਾ। ਦੂਜੀ ਚੀਜ਼ ਵਿੱਚ ਹੈ ਵੀ ਜਿਹੜੀ ਆਪਣੀ ਓਲਸੈਂਸ ਦੀ ਪ੍ਰੋਡਕਸ਼ਨ ਹੈ, ਇਸ ਦਾ ਕਲੀਨੈਸਟ ਇਨ ਇਨ ਦ ਹੋਲ ਵਰਲਡ। ਠੀਕ ਹੈ ਜੀ, ਮੈਂ ਉੱਥੇ ਖੁਦ ਕੰਮ ਕੀਤਾ 10 ਸਾਲ, ਮੈਂ ਉਹ ਕੰਪਨੀਆਂ ਦੇ ਨਾਲ ਰਹਿ ਕੇ ਬੜੇ ਕਲੋਜ਼ ਲੈਵਲ ਤੋਂ ਫੋਟੋ ਮੰਗਰੀ ਤੋਂ ਲੈ ਕੇ ਮੈਂ ਹਿਊਸਟਨ ਤੱਕ ਉਹ ਚੀਜ਼ ਨੂੰ ਦੇਖਿਆ ਹੋਇਆ। ਅਤੇ ਜੇ ਆਪਾਂ ਉਹਨੂੰ ਥੋੜ੍ਹਾ ਜਿਹਾ ਬੈਟਰ ਕਰ ਲਈਏ ਕਿ ਦੈਟ ਬਿਕਮਸ ਇਨਵਾਇਰਮੈਂਟਲੀ ਫਰੈਂਡਲੀ ਐਂਡ ਗਿਵ ਇਟ ਅ ਬੂਸਟ, ਦੈਟ ਆਪਾਂ ਜਿਹੜੀ ਉਹ ਨੈਚੁਰਲ ਰੀਸੋਰਸ ਆਪਣਾ ਜਿਹੜਾ ਓਇਲ ਆ ਉਹਦੀ ਪ੍ਰੋਡਕਸ਼ਨ ਆਪਾਂ US, ਈਸਟਰਨ ਕੈਨੇਡਾ ਅਤੇ ਵੈਸਟਰਨ ਕੈਨੇਡਾ ਤੱਕ ਪਹੁੰਚਾ ਸਕੀਏ, ਤਾਂ ਕਿ ਆਪਾਂ ਉਹਨੂੰ ਹੋਰ ਡਿਵੈਲਪ ਕਰ ਸਕੀਏ। ਅਤੇ ਜਦੋਂ ਉਹ ਡਿਵੈਲਪ ਹੋਰ ਹੋਏਗਾ, ਨੈਚੁਰਲੀ ਉਹਦੇ ਵਿੱਚ ਟੈਕਨੋਲੋਜੀ ਵਧੇਗੀ, ਕੰਪਨੀਆਂ 'ਚ ਪੈਸੇ ਇਨਵੈਸਟ ਕਰਨਗੇ, ਐਂਡ ਦੈਟ ਕੈਨ ਬੀ ਇਨਵਾਇਰਮੈਂਟਲੀ ਫਰੈਂਡਲੀ ਐਜ਼ ਵੈਲ। ਸੋ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਫੈਡਰਲ ਲੈਵਲ 'ਤੇ ਜਾ ਕੇ ਜਿਹੜੀ ਤਕਰਾਰ ਆ ਪ੍ਰੋਵਿੰਸ਼ਲ ਗਵਰਨਮੈਂਟ ਨਾਲ, ਉਹਨੂੰ ਘਟਾ ਕੇ ਨੈਚੁਰਲ ਰਿਸੋਰਸ ਨੂੰ ਵਧਾ ਕੇ ਉਹਨੂੰ ਇਨਵਾਇਰਮੈਂਟਲੀ ਫਰੈਂਡਲੀ ਕਰਕੇ ਅਲਬਰਟਾ ਨੂੰ ਹੋਰ ਜਿਵੇਂ ਕਹਿੰਦੇ ਆ ਵੀ ਵੱਡੇ ਪੱਧਰ ਦੇ ਉੱਤੇ ਇੰਟਰਨੈਸ਼ਨਲੀ ਜਿਵੇਂ ਕਹਿੰਦੇ ਆ ਵੀ ਪੇਸ਼ ਕੀਤਾ ਜਾਵੇ। ਜਾਂਦੇ ਜਾਂਦੇ ਕੋਈ ਖਾਸ ਮੈਸੇਜ ਦਰਸ਼ਕਾਂ ਨੂੰ? ਹਾਂਜੀ, ਥੈਂਕ ਯੂ ਬਜਾਰ ਸਾਹਿਬ, ਥੈਂ� ਯੂ ਸਾਰੇ ਦਰਸ਼ਕ ਜਿਹੜੇ ਜੁੜੇ ਹੋਏ ਨੇ ਕੰਟੈਸਟ ਕਰ ਰਹੇ ਹਾਂ ਨੋਮੀਨੇਸ਼ਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ। ਤੁਸੀਂ ਪਾਰਟੀ ਦੀ ਮੈਂਬਰਸ਼ਿਪ ਲਵੋ ਅਤੇ ਆਉਣ ਵਾਲੀ ਨੋਮੀਨੇਸ਼ਨ ਦੇ ਵਿੱਚ ਸਾਨੂੰ ਵੋਟ ਪਾ ਕੇ ਸਪੋਰਟ ਕਰੋ, ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਇੱਕ ਵਧੀਆ, ਤੁਹਾਡੇ ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਰੈਪ੍ਰਜੈਂਟੇਸ਼ਨ ਮਿਲ ਸਕੇ, ਜੋ ਕਿ ਆਟਵਾ ਜਾ ਕੇ ਤੁਹਾਡੀਆਂ ਅਤੇ ਤੁਹਾਡੇ ਆਉਣ ਵਾਲੀ ਜਨਰੇਸ਼ਨ ਦੀਆਂ ਮੁੱਦੇ ਅਤੇ ਗੱਲਾਂ ਨੂੰ ਆਟਵਾ ਦੇ ਵਿੱਚ ਰੈਪ੍ਰਜੈਂਟ ਕਰ ਸਕੇ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ, ਅਤੇ ਫਿਰ ਦੁਬਾਰਾ ਤੁਹਾਡੇ ਨਾਲ ਮੁਖਾਤਿਬ ਹੋਵਾਂਗੇ ਅਤੇ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ, ਤਾਂ ਕਿ ਤੁਸੀਂ ਆਪਣੀਆਂ ਗੱਲਾਂ ਦਰਸ਼ਕਾਂ ਤੱਕ ਲੈ ਜਾ ਸਕੋ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਐਡਮਿੰਟਨ ਮਿਲਬੋਰਡ, ਆਉਣ ਵਾਲੇ ਸਮੇਂ ਦੇ ਵਿੱਚ ਐਡਮਿੰਟਨ ਸਾਊਥ ਈਸਟ ਨੂੰ ਰਿਪ੍ਰਜੈਂਟ ਕਰ ਸਕੋ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਨੈਮ ਕੁਲਾਰ, ਜੋ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਐਡਮਿੰਟਨ ਸਾਊਥ ਈਸਟ ਨਵੀਂ ਬਣੀ ਰਾਈਡਿੰਗ ਤੋਂ ਆਪਣੀ ਨੋਮੀਨੇਸ਼ਨ PC ਪਾਰਟੀ ਵੱਲੋਂ ਕਰਨ ਜਾ ਰਹੇ ਹਨ, ਅਤੇ ਇਹਨਾਂ ਦੇ ਨਾਲ ਦੁਬਾਰਾ ਵੀ ਗੱਲਬਾਤ ਕਰਾਂਗੇ। ਮੈਨੂੰ ਮਨਦੀਪ ਪਿਆਰਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ, ਫਿਰ ਦੁਬਾਰਾ ਮਿਲਦੇ ਹਾਂ, ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।